ਸ੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਨੂੰ, ਜਿੰਨੇ ਅੱਜ ਜਿਹੜੇ ਇੰਡੀਆ ਦੇ ਖਾਸ ਕਰਕੇ ਲੋਕ ਜਿਹੜੇ ਟੀਵੀ 'ਤੇ ਮੈਚ ਵੇਖਣ ਡਏ ਸੀਗੇ, ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਵੀ ਇਹ ਧੋਨੀ ਜਿਹੜਾ ਭਈਆ, ਜਿਹਨੂੰ ਕਹਿੰਦੇ ਬੜਾ ਪਲੇਅਰ, ਇਹ ਬਹੁਤ ਬੜਾ ਪਲੇਅਰ ਹੈ। ਸਾਰੀ ਟੀਮ ਇੰਡੀਆ ਅੱਜ ਧੋਨੀ ਨੂੰ ਬੜਾ ਪਲੇਅਰ ਸਾਬਤ ਕਰਨ ਵਾਸਤੇ ਪੂਰਾ ਟੂਰਨਾਮੈਂਟ ਖੇਡਿਆ। ਵੀ ਇੱਕੋ ਗੱਲ ਨੂੰ ਮਿਹਨਤ ਜ਼ੋਰ ਦਿੱਤਾ ਵੀ ਧੋਨੀ ਬੜਾ ਪਲੇਅਰ, ਜੇ ਬੜਾ ਪਲੇਅਰ ਸੀ ਅੱਜ ਤਾਂ ਮੈਚ ਜਿਤਾਉਂਦਾ। ਮੈਂ ਭਈਆਂ ਨੂੰ ਦੱਸਣਾ ਚਾਹੁੰਦਾ ਵੀ ਬੜਾ ਪਲੇਅਰ ਉਹ ਹੁੰਦਾ ਜਿਹੜਾ ਟੂਰਨਾਮੈਂਟ ਆਪਣੇ ਸਿਰ 'ਤੇ ਜਿਤਾ ਕੇ ਲਿਆਵੇ। ਬੜਾ ਪਲੇਅਰ ਹੁੰਦਾ ਸਚਿਨ ਤੇਂਦੁਲਕਰ ਵਰਗਾ, ਬੜਾ ਪਲੇਅਰ ਹੁੰਦਾ ਸਰਦਾਰ ਯੁਵਰਾਜ ਸਿੰਘ ਵਰਗਾ, ਜਿਹਨੇ ਆਪਣੇ ਦਮ 'ਤੇ 2 ਵਰਲਡ ਕੱਪ ਜਿਤਾਏ ਆ। ਧੋਨੀ ਨੇ ਆਪਣੀ ਸਾਜਿਸ਼ ਦੇ ਜ਼ਰੀਏ ਯੁਵਰਾਜ ਸਿੰਘ ਨੂੰ ਬਾਹਰ ਕਰਾਇਆ। ਇਹੋ ਜਿਹਾ ਪਲੇਅਰ ਜਿਹੜਾ ਅੱਜ ਟੀਮ ਦੇ ਵਿੱਚ ਹੁੰਦਾ ਤਾਂ ਉਹਨੇ ਆਪਣੇ ਬਲਬੂਤੇ ਦੇ ਉੱਤੇ ਟੀਮ ਨੂੰ ਜਿਤਾ ਕੇ ਲਿਆਉਣਾ ਸੀ ਅਤੇ ਵਰਲਡ ਕੱਪ ਇੰਡੀਆ ਨੇ ਜਿੱਤਣਾ ਸੀ। ਅੱਜ ਇੰਡੀਆ ਟੀਮ ਮੈਚ ਹਾਰ ਗਈ ਹੈ। ਦੁੱਖ ਦੀ ਗੱਲ ਇਹ ਨਹੀਂ ਆ, ਦੁੱਖ ਦੀ ਗੱਲ ਇਹ ਆ ਕਿ ਕਿਤੇ ਪਾਕਿਸਤਾਨ ਤੋਂ ਹਾਰਦੀ ਤਾਂ ਹੋਰ ਜ਼ਿਆਦਾ ਮਜ਼ਾ ਆਉਣਾ ਸੀਗਾ, ਕਿਉਂਕਿ ਇਹਨਾਂ ਨੂੰ ਪਤਾ ਲੱਗਦਾ, ਇਹਨਾਂ ਨੂੰ ਇਹਨਾਂ ਦੀ ਔਕਾਤ ਦਾ ਪਤਾ ਲੱਗਦਾ ਕਿ ਸਰਦਾਰਾਂ ਤੋਂ ਬਗੈਰ ਅਜੇ ਤੱਕ ਕੋਈ ਟੂਰਨਾਮੈਂਟ ਜਿੱਤਿਆ ਨਾ। 3 ਇਹਨਾਂ ਨੇ ਵੱਡੇ ਟੂਰਨਾਮੈਂਟ ਜਿੱਤੇ ਆ। ਮੈਨੂੰ ਦੱਸਣ ਜੇ ਕਿਤੇ ਸਰਦਾਰ ਉਹਦੇ ਬਗੈਰ ਕਿਸੇ ਸਰਦਾਰ ਤੋਂ ਜਿੱਤਿਆ ਦੇ। ਇੱਕ ਸਰਦਾਰ ਅੱਜ ਯੁਵਰਾਜ ਸਿੰਘ ਵਿੱਚ ਹੁੰਦਾ ਅਤੇ ਉਹਨਾਂ ਨੇ ਟੀਮ ਨੂੰ ਵਰਲਡ ਕੱਪ ਜਿਤਾ ਕੇ ਲਿਆਉਣਾ ਸੀ। ਅੱਜ ਬੜਾ ਹੀ ਠੰਡ ਪਈ ਕਲੇਜੇ ਨੂੰ ਵੀ ਇਹ ਸਾਜਿਸ਼ ਕਰਕੇ ਯੁਵਰਾਜ ਸਿੰਘ ਨੂੰ ਬਾਹਰ ਰੱਖਿਆ ਅਤੇ ਇਹ ਮੈਚ ਹਰੇ ਅੱਜ ਹੁਣੇ ਹੁਣੇ ਹਰੀ ਹੈ ਟੀਮ ਅਤੇ ਅਸੀਂ ਖੁਸ਼ੀ ਮਨਾ ਰਹੇ ਹਾਂ, ਉਹਦੀ ਖੁਸ਼ੀ 'ਚ ਅਸੀਂ ਪਟਾਕੇ ਚਲਾ ਰਹੇ ਹਾਂ, ਫੈਰ ਵੀ ਕਰ ਲਏ ਆ। ਬੇਸ਼ੱਕ ਸਾਨੂੰ ਇਸ ਚੀਜ਼ ਦਾ ਘਾਟਾ ਕਰ ਪੈ ਜੇ, ਸਾਡੇ 'ਤੇ ਪਰਚਾ ਦਰਜ ਹੋ ਜੇ, ਖੈਰ ਕਰਕੇ ਆਪਣੀ ਖੁਸ਼ੀ ਦਾ ਜ਼ਾਹਰ ਕਰਨ ਡਏ ਆ ਵੀ ਇਹਨਾਂ ਨੇ ਯੁਵਰਾਜ ਸਿੰਘ ਨੂੰ ਬਾਹਰ ਬਿਠਾ ਕੇ ਸਾਜਿਸ਼ ਕੀਤੀ ਉਹਦੇ ਨਾਲ ਅਤੇ ਯੁਵਰਾਜ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹ ਅੱਜ ਯੁਵਰਾਜ ਨੂੰ ਬਾਹਰ ਰੱਖਿਆ ਸੀ ਭਈਆ, ਮੈਂ ਝੜ ਗਿਆ ਆ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।